स्वागत है। तुसी देख रहे हो किंचावा प्रदेश ते मैं हां मनदीप। उम्मीद करते हैं सारे चढ़दी कला च होंगे। सो खास प्रोग्राम हैगा ते खास मेहमान फिर तो मेरे नाल जुड़े ने जी नेविगेटर्स तो मैडम वीणा जी। मैडम उन्हां दा स्वागत करते हैं। सत श्रीकाल जी। सत श्रीकाल सारे। ठीक ठाक हो जी? सो दर्शक साडे नाल जुड़ सकते ने जी। सो स्टडी वीजा नाल जुड़िया तुहाडे मन च कोई भी सवाल है असीं अज इस मंच दे उपर सांझे करांगे। तुहाडे सवाल एकमात्र ऐसा मंच जो मौका दिंदा है लाइव तुहानू तुहाडे सवाल साडे स्टडी वीजा एक्सपर्ट तो पुछण दा। सो कैनेडा जाना, आस्ट्रेलिया जाना, यूके यूएस जाना है, की एलिजिबिलिटी बनती है, तुसी जा सकते हो कि नहीं, तुसी कित्थे जाण दे चाहवानो, लेकिन तुहाडी प्रोफाइल केड़ी कंट्री एक्सेप्ट करती पे। सो सारिया गल्लां बातां असीं करनियां ने मैडम। फिलहाल जिहड़े साडे दर्शक ने उन्हां नूं थोड़ा जिहा अज पॉजिटिव करन लई अज साडा शो चलाउणा आया सी, क्योंकि आस्ट्रेलिया नूं लैके खास गल्लबात असीं करनी आ। आस्ट्रेलिया जो कि लगातार 2019 तों सुरखियां दा शिंगार बनदा आ रिहा, कदे बंद हो जांदा कदे खुल जांदा, कदे वीजे आउंदे ने कदे बच्चे वापस आउंदे ने, तां कदे अपडेट आउंदियां ने कि हुण आस्ट्रेलिया नूं मैन पावर दी जरूरत नहीं हैगी। चाहे उत्थे मैन पावर दी लोड़ होवे भी, लेकिन उन्हां ने इंडिया चों या जिहड़े साडे ਪੰਜਾਬ ਹਰਿਆਣੇ ਦੇ ਬੱਚੇ ਨੇ ਉਹਨਾਂ ਨੂੰ ਇਨਵਾਈਟ ਨਹੀਂ ਕਰਨਾ। ਸੋ ਇਹਨਾਂ ਗੱਲਾਂ ਬਾਤਾਂ ਦਾ ਨਤੀਜਾ ਕੀ ਨਿਕਲ ਰਿਹਾ ਹੈ ਅੱਜ ਦਾ ਫਿਲਹਾਲ ਦਾ ਸਟੱਡੀ ਵੀਜ਼ਾ ਸਿਨੈਰੀਓ ਕਿਸ ਤਰੀਕੇ ਨਾਲ ਹੈ? ਆਸਟ੍ਰੇਲੀਆ ਕਿੰਨਾ ਕੁ ਮੈਂ ਕਹਾਂ ਕਿ ਵਧੀਆ ਜਿਹੜਾ ਰਿਸਪਾਂਸ ਹੈ ਜਾਂ ਫਿਰ ਮਾੜਾ ਕੈਸਾ ਰਿਸਪਾਂਸ ਆਸਟ੍ਰੇਲੀਆ ਦੇ ਰਿਹਾ ਬੱਚਿਆਂ ਨੂੰ? ਆਸਟ੍ਰੇਲੀਆ ਮਨਦੀਪ ਮੈਂ ਤੁਹਾਨੂੰ ਇਹ ਕਹੂੰਗੀ ਕਿ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੇ ਫਰੈਂਡਸ ਚਲੇ ਗਏ ਰਿਲੇਟਿਵ ਚਲੇ ਗਏ ਔਰ ਇੰਨੇ ਸਾਲ ਹੋ ਗਏ ਮੈਨੂੰ ਵੀ ਅੱਜ 25-26 ਸਾਲ ਹੋ ਗਏ ਕੰਮ ਕਰਦੇ, ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਨੇ ਬਹੁਤ ਵੀਜ਼ਾ ਦਿੱਤਾ, ਬਹੁਤ ਜਨਤਾ ਕਹੀ 100% ਵੀਜ਼ਾ ਤਾਂ ਕੋਈ ਵੀ ਕੰਟਰੀ ਨਹੀਂ ਦੇ ਸਕਦੀ ਨਾ, ਪ੍ਰੋਫਾਈਲ ਮੈਟਰ ਕਰਦਾ। ਬਟ ਪਿਛਲੇ 3-4 ਦਿਨਾਂ ਤੋਂ ਆਸਟ੍ਰੇਲੀਆ ਦੇ ਵੀਜ਼ੇ ਦੀ ਚੜੀ ਲੱਗੀ ਹੋਈ ਹੈ ਮਾਰਕੀਟ ਦੇ ਵਿੱਚ, ਇੰਨਾ ਵੀਜ਼ਾ ਆ ਰਿਹਾ ਔਰ ਜਿਹੜੀ ਨਿਊਜ਼ ਆ ਰਹੀ ਹੈ 1-2 ਸਾਲ ਉਹ ਵੀਜ਼ਾ ਇੰਨਾ ਜ਼ਿਆਦਾ ਦੇਣਗੇ, ਖੁੱਲ ਕੇ ਵੀਜ਼ਾ ਦੇਣਗੇ। ਇਸ ਕਰਕੇ ਬੱਚੇ ਜਿਹੜੇ ਜਦ ਚਾਹਣ ਇਸ ਟਾਈਮ, ਕਿਉਂਕਿ ਕੈਨੇਡਾ ਇਸ ਟਾਈਮ ਥੋੜਾ ਰਿਫਿਊਜ਼ਲ ਰੇਟ ਵਧਿਆ ਹੋਇਆ, 50% ਵੀਜ਼ੇ ਆ ਰਹੇ ਆ, ਤੇ ਇਸ ਟਾਈਮ ਜਿਹੜਾ ਵੀ ਸਟੂਡੈਂਟ ਚਾਹਵਾਨ ਹੈ ਕਿ ਜਿਹਨੂੰ ਵੀਜ਼ਾ ਜ਼ਿਆਦਾ ਸਕਸੈਸ ਰੇਟ ਚਾਹੀਦਾ ਹੈ ਉਹ ਯੂਕੇ ਜਾਂ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਸਕਦਾ। ਨੋ ਡਾਊਟ ਆਸਟ੍ਰੇਲੀਆ ਜਿਹੜਾ ਇੱਕ ਅੱਛੀ ਪ੍ਰੋਫਾਈਲ ਲੈਂਦਾ ਹੈ, ਉਹਨਾਂ ਦੇ ਵਿੱਚ ਇਹ ਹੈ ਕਿ ਬੱਚੇ ਦੀ ਜਿਹੜੀ ਪਰਸੈਂਟੇਜ ਇੱਕ ਪਰਟੀਕੁਲਰ ਹੋਣੀ ਚਾਹੀਦੀ, ਆਇਲਸ ਬੈਂਡ ਗੈਪ ਨਹੀਂ ਹੋਣਾ ਚਾਹੀਦਾ। ਔਰ ਹੁਣ ਜਿਹੜਾ ਆਸਟ੍ਰੇਲੀਆ ਆ ਰਿਹਾ ਉਹ 5 ਡੇਜ਼ ਦੇ ਅੰਦਰ ਵੀਜ਼ਾ ਦੇਗਾ, ਉਹ ਨਵੀਂ ਸਕੀਮ ਆ ਰਹੀ ਹੈ। ਇਸ ਕਰਕੇ ਜਿਹੜੇ ਵੀ ਸਟੂਡੈਂਟਸ ਹੈ ਆਸਟ੍ਰੇਲੀਆ ਦੇ, ਕਿਉਂਕਿ ਰਿਜ਼ਲਟ ਆ ਚੁੱਕੇ ਆ, ਹੁਣ ਰਿਜ਼ਲਟ ਆ ਚੁੱਕੇ, ਬੱਚੇ ਜਾਂ ਤੇ ਆਇਲਸ ਕਰ ਚੁੱਕੇ ਜਾਂ ਕਰ ਰਹੇ ਆ, ਕਰ ਰਹੇ ਆ। ਇਸ ਕਰਕੇ ਹੁਣ ਆਸਟ੍ਰੇਲੀਆ ਵਾਸਤੇ ਔਰ ਸਾਡਾ 5 ਅਗਸਤ ਨੂੰ ਠੀਕ ਹੈ ਸਵੇਰੇ 11 ਤੋਂ ਲੈ ਕੇ 4 ਵਜੇ ਤੱਕ ਯੂਨੀਵਰਸਿਟੀਆਂ ਦਾ ਸੈਮੀਨਾਰ ਹੈ, ਯੂਨੀਵਰਸਿਟੀਆਂ ਆਪ ਆਫਿਸ ਚ ਆਣਗੀਆਂ ਤੇ ਸਟੂਡੈਂਟਸ ਜਿਹੜੇ ਆ ਇਨਫੋਰਮੇਸ਼ਨ ਆਫਿਸ ਚ ਆ ਕੇ ਲੈ ਸਕਦੇ। ਬਿਲਕੁਲ ਜੀ। ਸੋ ਲਾਈਵ ਹੈਗੇ ਆ ਜੀ, ਜੁੜ ਸਕਦੇ ਹੋ ਤੁਸੀਂ ਸਾਡੇ ਨਾਲ, ਕਾਲ ਕਰ ਸਕਦੇ ਹੋ ਟੀਵੀ ਦੀ ਆਵਾਜ਼ ਘਟਾ ਕੇ ਨੈਟਵਰਕ ਚਾ ਕੇ ਸਾਡੇ ਨਾਲ ਤੁਸੀਂ ਗੱਲਬਾਤ ਕਰਨੀ ਆ। ਸਿੱਕਮ ਜਾਵਾ ਪਰਦੇਸ ਦੇ ਫੇਸਬੁੱਕ ਪੇਜ ਤੇ ਲਾਈਵ ਆ ਜੀ, ਨੈਵੀਗੇਟਰ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਆ, ਜੁੜੋ ਸਾਡੇ ਨਾਲ ਉੱਥੇ ਵੀ ਜ਼ਰੂਰ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਨੈਕਸਟ ਕਾਲਰ ਸਾਡੇ ਨਾਲ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗੱਲ ਕਰ ਰਹੀ ਹਾਂ ਜੀ। ਮੈਂ ਪਲੱਸ ਟੂ ਕੀਤੀ ਆ 2021 ਸਾਲ ਤੋਂ ਕਰ ਕੀ ਰਹੇ ਹੋ ਤੁਸੀਂ? ਨਾਮ ਕੀ ਹੈ ਤੁਹਾਡਾ ਮੈਡਮ? ਮੈਡਮ ਰਮਨ, ਮੈਂ 1 ਸਾਲ ਤੋਂ ਆਈਲੈਟਸ ਦੀ ਕੋਚਿੰਗ ਹੀ ਲੈ ਰਹੀ ਸੀ। ਕਿੱਥੋਂ ਬੋਲ ਰਹੇ ਹੋ? ਬੋਲ ਕਿੱਧਰੋਂ ਰਹੇ ਹੋ ਜੀ? ਬਠਿੰਡਾ। ਓਕੇ, ਤੁਹਾਡਾ ਆਸਟ੍ਰੇਲੀਆ ਜਾਣ ਨੂੰ ਲੈ ਕੇ ਸਵਾਲ ਹੈ ਨਾ? ਕੁਛ ਹੋਰ ਸਵਾਲ ਹੋਵੇ ਇਸ ਤੋਂ ਲੈਦਾ, ਇਸ ਦਾ ਤਾਂ ਆਨਸਰ ਅਸੀਂ ਤੁਹਾਨੂੰ ਦੇਵਾਂਗੇ ਜੀ। ਥੈਂਕ ਯੂ, ਨਾਲ ਜੁੜਨ ਲਈ। ਸੰਪਰਕ ਟੁੱਟ ਗਿਆ ਮੈਡਮ। ਇਹਨਾਂ ਨੇ 2021 ਚ ਪੜੇ ਆ, ਨੋ ਡਾਊਟ ਕਿ ਗੈਪ ਜਿਆਦਾ ਕਾਊਂਟ ਨਹੀਂ ਹੋਏਗਾ ਕਿਉਂਕਿ 2022 ਚੱਲ ਰਿਹਾ, ਹਜੇ ਜਾ ਸਕਦੇ। ਹਾਂ, ਦਸੰਬਰ ਦੇ ਬਾਅਦ ਇਹਨਾਂ ਦਾ ਮੁਸ਼ਕਲ ਹੋ ਜਾਏਗਾ। ਨਵੰਬਰ ਇਨਟੇਕ ਮੈਂ ਇੱਕ ਅਪਡੇਟ ਤੁਹਾਨੂੰ ਦੇਣਾ ਚਾਹੂੰਗੀ ਕਿ ਯੂਨੀਵਰਸਿਟੀਆਂ ਨੇ ਨਵੰਬਰ ਇਨਟੇਕ ਇੰਟਰੋਡਿਊਸ ਕੀਤਾ ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਬਹੁਤ ਬੱਚਾ ਨਹੀਂ ਗਿਆ ਸੀ, ਫਾਈਲਾਂ ਦਾ ਪ੍ਰੈਸ਼ਰ ਹੈ, ਇਸ ਕਰਕੇ ਯੂਨੀਵਰਸਿਟੀਆਂ ਨੇ ਇੱਕ ਇਨਟੇਕ ਹੋਰ ਇੰਟਰੋਡਿਊਸ ਕਰਤਾ। ਓਕੇ, ਹੁਣ ਇਹ ਬੱਚੀ ਨੇ ਜਿਹੜਾ ਕਿ 1 ਸਾਲ ਆਇਲਟਸ ਕਰ ਰਹੀ ਸੀ, ਇਹ ਥੋੜਾ ਮੈਨੂੰ ਡਾਈਜੈਸਟ ਨਹੀਂ ਹੁੰਦਾ ਕਿ ਸਾਲ ਬਹੁਤ ਜ਼ਿਆਦਾ ਹੁੰਦਾ ਕੋਈ, ਕਿਉਂਕਿ ਸਾਰੇ ਬੱਚਿਆਂ ਨੂੰ ਇੰਗਲਿਸ਼ ਲੈਂਗੁਏਜ ਲੱਗੀ ਹੁੰਦੀ ਆ। ਇਹ ਹੈ ਕਿ ਰਿਜ਼ਲਟ ਨਹੀਂ ਠੀਕ ਆਇਆ, ਦੁਬਾਰਾ ਕਰਨੀ ਪੈ ਗਈ, ਉਹ ਇੱਕ ਗੱਲ ਅਲੱਗ ਗੱਲ ਹੈ, ਮੇ ਬੀ ਹੋ ਸਕਦਾ ਉਹ ਚੀਜ਼ ਆਪਾਂ ਨੂੰ ਕਲੀਅਰ ਨਹੀਂ ਆ। ਬੈਂਡ ਕਿੰਨੇ ਦੱਸੇ ਇਹਨਾਂ ਨੇ? ਇਹਨਾਂ ਨੇ 5.5 ਓਵਰਆਲ, 5.5 ਈਚ ਦੱਸੇ ਨੇ। ਤੇ 5.5 ਓਵਰਆਲ ਪਲੱਸ ਟੂ ਕੀਤੀ ਹੋਈ ਹੈ, ਇਹ ਪਾਥਵੇ ਪ੍ਰੋਗਰਾਮ ਦੇ ਥਰੂ ਜਾ ਸਕਦੇ ਆ। ਓਕੇ, ਡਾਇਰੈਕਟ ਨਹੀਂ, ਫਿਰ ਸਾਨੂੰ ਪਰਸੈਂਟੇਜ ਦੇਖਣੀ ਪਏਗੀ, ਬੋਰਡ ਦੇਖਣਾ ਪਏਗਾ। 75% ਨੇ ਜੀ, ਪੰਜਾਬ ਬੋਰਡ ਹੈ। ਹਾਂਜੀ, ਬੋਰਡ ਦਾ ਹੁਣ ਕੋਈ ਉਹ ਕ੍ਰਾਈਟੇਰੀਆ
ਕ੍ਰਾਈਟੇਰੀਆ ਨਹੀਂ ਹੈ ਕਿ ਇਹ ਬੋਰਡ ਹੈ ਉਹ ਬੋਰਡ ਹੈ, ਕਿਉਂਕਿ ਡੀਜ਼ੀ ਲਾਕਰ ਤੋਂ ਜਾਂ ਕਈ ਚੀਜ਼ਾਂ ਤੋਂ ਅਸੀਂ ਹੁਣ ਚੈੱਕ ਕਰ ਸਕਦੇ ਹਾਂ ਅਥੈਂਟਿਸਿਟੀ। ਓਕੇ ਠੀਕ ਹੈ, ਉਹਦਾ ਸਾਨੂੰ ਇਨਵਾਈਟ ਕਰ ਲਈ ਇਹਨਾਂ ਨੂੰ ਆਫਿਸ। ਬਿਲਕੁਲ ਜੀ ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਅਪਡੇਟ ਕਰਨਾ ਚਾਹੂੰਗੀ ਕਿਉਂਕਿ ਆਰਟਸ ਵਾਲੇ ਬੱਚਿਆਂ ਵਾਸਤੇ ਬੜੀ ਪ੍ਰੋਬਲਮ ਹੁੰਦੀ ਹੈ ਕੋਈ ਪ੍ਰੋਗਰਾਮ ਚੂਜ਼ ਕਰਨ ਵਾਸਤੇ। ਮਸ਼ਹੂਰ ਜੇ ਤੁਸੀਂ ਕਾਲ ਲੈਣਾ ਚਾਹੁੰਦੇ ਹੋ ਤੁਸੀਂ ਕਾਲ। ਬਿਲਕੁਲ, ਨੈਕਸਟ ਕਾਲਰ ਦਾ ਸਵਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਤੁਸੀਂ ਆਫਿਸ ਜ਼ਰੂਰ ਵਿਜ਼ਿਟ ਕਰਨਾ ਹੈਗਾ ਨੈਵੀਗੇਟਰ ਦੇ ਇਹ ਨੰਬਰ ਤੇ ਸਾਡੇ ਸ਼ੋਅ ਤੋਂ ਬਾਅਦ ਕਾਲ ਕਰਨੀ ਹੈ, ਤੁਹਾਨੂੰ ਆਪਸ਼ਨ ਪ੍ਰੋਵਾਈਡ ਕੀਤੀਆਂ ਜਾਣਗੀਆਂ ਜੀ। ਸਾਡੇ ਨੈਕਸਟ ਦਰਸ਼ਕ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸੁਣ ਪਾ ਰਹੇ ਹੋ? ਥੈਂਕ ਯੂ ਜੀ ਸਾਡੇ ਨਾਲ ਜੁੜਨ ਦੇ ਲਈ। ਸੋ ਮਲਟੀ ਕੰਟਰੀ ਦਾ ਸੈਮੀਨਾਰ ਨੈਵੀਗੇਟਰ ਲੈ ਕੇ ਆ ਰਿਹਾ ਹੈ ਜੀ, 5 ਅਗਸਤ ਨੂੰ ਸੈਮੀਨਾਰ ਹੋਣ ਜਾ ਰਿਹਾ ਹੈ, ਜਿੱਥੇ ਕਿ ਸਾਰੇ ਮੁਲਕਾਂ ਦੀਆਂ ਤਕਰੀਬਨ ਆਲਮੋਸਟ ਸਾਰੀਆਂ ਟਾਪ ਕਲਾਸ ਯੂਨੀਵਰਸਿਟੀਜ਼ ਕਾਲਜਿਸ ਦੇ ਰੀਪ੍ਰਜੈਂਟੇਟਿਵ ਮੌਜੂਦ ਹੋਣਗੇ। ਤੁਹਾਨੂੰ ਮੌਕਾ ਮਿਲੇਗਾ ਆਪਣੇ ਸਵਾਲ ਲਾਈਵ ਪੁੱਛਣ ਦਾ, ਆਮਨੇ ਸਾਹਮਣੇ ਟੇਬਲ ਤੇ ਬਹਿ ਕੇ ਪੁੱਛਣ ਦਾ। ਸੋ ਆਪਣੀ ਸੀਟ ਬੁੱਕ ਕਰਵਾਉਣਾ ਚਾਹੁੰਦੇ ਹੋ ਇਹਨਾਂ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਸਵੇਰੇ ਮੈਡਮ 10 ਵਜੇ ਤੋਂ ਸ਼ੁਰੂ ਹੈ ਕਿ 9 ਵਜੇ? 11 ਵਜੇ। ਅੱਛਾ, 11 ਵਜੇ ਤੋਂ ਸ਼ੁਰੂ ਹੈ। ਰੀਜ਼ਨ ਕੀ ਹੁੰਦਾ ਮਨਦੀਪ, ਜੇ ਬੱਚੇ ਨੇ ਕਿਸੇ ਨੇ ਦੂਰ ਤੋਂ ਆਉਣਾ? ਹਾਂਜੀ ਬਿਲਕੁਲ, ਉਹ 11 ਵਜੇ ਤੱਕ ਪਹੁੰਚ ਸਕਦੇ ਆ। ਔਰ ਜੇ ਬੱਚਾ ਲੋਕਲ ਵੀ ਹੈ ਤੇ ਥੋੜਾ ਜਿਹਾ ਚਲੋ ਟਾਈਮ ਲੈ ਕੇ ਬੱਚਾ ਹੁੰਦਾ ਆਉਂਦਾ, ਬਿਲਕੁਲ ਲੋਕਲ ਬੱਚੇ 10:30 ਵੀ ਆ ਸਕਦੇ ਆ, ਕਿਉਂਕਿ ਸਾਡੀ ਕਾਉਂਸਲਰਸ ਤੇ ਹੋਣਗੀਆਂ, ਥੋੜੀ ਇਨੀਸ਼ੀਅਲ ਬਰੀਫਿੰਗ ਕਰ ਸਕਦੇ ਆ, ਬਟ ਜਿਹੜੇ ਰੈਪ ਹੈ ਉਹ 11 ਵਜੇ ਤੋਂ ਆਉਣਾ। ਬਿਲਕੁਲ, ਸੋ 11 ਵਜੇ ਤੋਂ ਤੁਸੀਂ ਆਪਣੀ ਉੱਥੇ ਹਾਜ਼ਰੀ ਲਵਾ ਸਕਦੇ ਹੋ, ਲੇਕਿਨ ਪਹਿਲਾਂ ਸੀਟ ਬੁੱਕ ਕਰਵਾਉਣੀ ਨਾ ਭੁੱਲਿਓ, ਉਹ ਬੇਹੱਦ ਜ਼ਰੂਰੀ ਰਹੇਗੀ, ਕਿਉਂਕਿ ਕਈ ਵਾਰੀ ਏਦਾਂ ਦੇ ਇਵੈਂਟ ਦੇ ਉੱਤੇ ਔਰ ਖਾਸ ਤੌਰ ਤੇ ਜਦੋਂ ਨੈਵੀਗੇਟਰ ਦਾ ਇਵੈਂਟ ਹੁੰਦਾ ਤਾਂ ਬਹੁਤ ਵੱਡੇ ਪੱਧਰ ਤੇ ਰਸ਼ ਹੁੰਦਾ, ਬੱਚਿਆਂ ਨੂੰ ਬਹੁਤ ਇੰਤਜ਼ਾਰ ਕਰਨਾ ਪੈਂਦਾ। ਐਕਚੁਅਲੀ ਮਨਦੀਪ ਕੀ ਹੈ ਕਿ ਵਿਸ਼ਵਾਸ ਇੱਕ ਬਹੁਤ ਬੜੀ ਗੱਲ ਹੁੰਦੀ। ਬਿਲਕੁਲ ਜੀ, ਜਿਹੜਾ ਬਾਹਰ ਜਾਣ ਦਾ ਹਰ ਬੰਦੇ ਨੇ ਜਿਹੜਾ ਕੈਰੀਅਰ ਹੈ ਆਪਣੇ ਬੱਚੇ ਦਾ, ਉਹ ਕੋਈ ਸਹੀ ਕੰਪਨੀ ਦੇ ਹੱਥ ਵਿੱਚ ਦੇਣਾ ਚਾਹੁੰਦੇ, ਜਿਨ੍ਹਾਂ ਨੂੰ ਇਹ ਤਜਰਬਾ ਹੋਏ ਕਿ ਜਿਹੜਾ ਬਾਹਰ ਭੇਜ ਰਹੇ ਆ ਬੱਚੇ ਨੂੰ ਉਹ ਸਹੀ ਯੂਨੀਵਰਸਿਟੀ ਕਾਲਜ ਚ ਜਾ ਰਹੇ ਆ, ਕੋਈ ਉਹਨਾਂ ਦੇ ਨਾਲ ਠੱਗੀ ਤੇ ਨਹੀਂ ਹੋ ਰਹੀ, ਕੋਈ ਗਲਤ ਕੋਰਸ ਤੇ ਨਹੀਂ ਜਾ ਰਹੇ, ਕੋਈ ਕੰਟਰੀ ਇਹੋ ਜਿਹੀ ਨਾ ਦੇ ਦੋ ਜਿੱਥੇ ਬੱਚੇ ਦੀ ਸੈਟਲਮੈਂਟ ਆਪਸ਼ਨਸ ਨਾ ਹੋਣ। ਬਿਲਕੁਲ, ਤੇ ਬਹੁਤ ਕੁਝ ਰੀਜ਼ਨਸ ਹੁੰਦੇ ਆ, ਇਸ ਕਰਕੇ ਨੈਵੀਗੇਟਰ ਇੱਕ ਭਰੋਸੇ ਵਾਲਾ ਨਾਮ ਹੈ ਪਿਛਲੇ ਇੰਨੇ ਸਾਲਾਂ ਤੋਂ। ਬਿਲਕੁਲ, ਪਿਛਲੇ 2 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ, ਹੋਰ 3 ਸਾਲਾਂ ਨੂੰ 3 ਦਹਾਕੇ ਕੰਪਲੀਟ ਹੋ ਜਾਣਗੇ, 25-26 ਸਾਲ ਹੋ ਚੁੱਕੇ ਨੇ ਆਲਰੇਡੀ ਮੈਡਮ ਹੁਣਾਂ ਨੂੰ ਸੇਵਾਵਾਂ ਦਿੰਦੇ ਹੋਏ। ਸਾਡੇ ਨੈਕਸਟ ਕਾਲਰ ਦਾ ਸਵਾਲ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ। ਜਦੋਂ ਇੱਕ ਮੰਚ ਦੇ ਉੱਪਰ ਇੱਕ ਜਿਹੜਾ ਸਵਾਲ ਕਰਨ ਵਾਲਾ ਇੰਨੀ ਗੱਲ ਕਹਿ ਦੇ ਵੀ ਇੰਨੀਆਂ ਸੇਵਾਵਾਂ ਦੇ ਰਹੇ ਨੇ, ਇਟ ਮੀਨਸ ਕਿ ਉਹਨਾਂ ਦੀਆਂ ਸੇਵਾਵਾਂ ਵਾਕਿਆ ਹੀ ਜਿਹੜੇ ਬੱਚੇ ਹੁੰਦੇ ਲਾਹੇਮੰਦ ਲਈਆਂ ਹੁੰਦੀਆਂ ਨੇ। ਕੋਸ਼ਿਸ਼ ਹੁੰਦੀ ਹੈ, ਮੈਕਸੀਮਮ ਸਟੂਡੈਂਟ ਜਿਨ੍ਹਾਂ ਦੀ ਫਾਈਲ ਲੱਗਦੀ ਹੈ, ਕੱਲੇ ਕੱਲੇ ਬੱਚੇ ਦੀ ਫਾਈਲ SOP ਮੈਂ ਆਪ ਚੈੱਕ ਕਰਦੀ ਹਾਂ, ਕਿਉਂਕਿ SOP ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਹੈ, ਚਾਹੇ ਕੈਨੇਡਾ ਹੋਏ ਚਾਹੇ ਆਸਟ੍ਰੇਲੀਆ ਹੋਏ, ਉਹ ਬਹੁਤ ਇੰਪੋਰਟੈਂਟ ਚੀਜ਼ ਹੈ, ਜਿਹਦੇ ਕਾਰਨ ਕਿ ਅਸੀਂ ਮੈਂ ਆਪ ਸਟਾਫ ਨੂੰ ਇੰਸਟਰਕਸ਼ਨ ਹੈ ਕਿ ਹਰ SOP ਮੈਨੂੰ ਦਿਖਾਈ। ਠੀਕ ਹੈ ਜੀ, ਸਾਡੇ ਨੈਕਸਟ ਦਰਸ਼ਕ ਦਾ ਸਵਾਲ ਲੈ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਸੁਣ ਪਾ ਰਹੇ ਹੋ? ਸਤਿ ਸ਼੍ਰੀ ਅਕਾਲ, ਕੀ ਨਾਮ ਹੈ, ਕੀ ਸਵਾਲ ਹੈ ਜੀ? ਸਵਾਲ ਕੀ ਹੈ ਸਰ? ਟੈਂਥ ਕਰਕੇ 96। ਤੁਸੀਂ ਖੁਦ ਕੀ ਕਰਦੇ ਹੋ ਸਰ? ਤੁਸੀਂ ਆਪ ਕੀ ਕਰਦੇ ਹੋ ਸਰ? ਤੁਹਾਡਾ ਬਿਜ਼ਨਸ ਕੀ ਹੈ? ਕੀ ਬਿਜ਼ਨਸ ਹੈ? ਡੇਅਰੀ ਦਾ ਬਿਜ਼ਨਸ ਹੈ ਸਰ। ਕਿੰਨੀ ਸਾਲਾਨਾ ITR ਕਿੰਨੀ ਜਾਂਦੀ ਹੈ ਤੁਹਾਡੀ? ITR 4.5 ਲੱਖ ਦੀ ਤੁਹਾਡੀ ITR ਜਾਂਦੀ ਹੈ ਸਰ। ਕੋਈ ਐਗਰੀਕਲਚਰ ਖੇਤੀ ਵਗੈਰਾ ਕਰਦੇ ਹੋ ਤੁਸੀਂ ਨਾਲ ਨਾਲ ਪੈਲੀ ਬੰਨਾ ਹੈਗਾ? ਅੱਛਾ, ਮਿਸਿਸ ਵੀ ਤੁਹਾਡੇ ਟੀਚਰ ਨੇ, ਉਹਨਾਂ ਦੀ ਅਲੱਗ ਤੋਂ ITR ਜਾਂਦੀ ਹੋਏਗੀ ਨਾ। ਓਕੇ ਜੀ, ਥੈਂਕ ਯੂ ਸਰ ਨਾਲ ਜੁੜਨ ਲਈ ਟੀਵੀ ਸਕਰੀਨ ਤੇ। ਹੁਣੇ ਤੁਸੀਂ ਆਨਸਰ ਸੁਣ, ਸਕੂਲਿੰਗ ਵੀਜ਼ਾ ਦਾ ਇਹ ਪਤਾ ਕਰਨਾ ਚਾਹ ਰਹੇ ਆ। ਸਕੂਲਿੰਗ ਵੀਜ਼ਾ ਦਾ ਸੈਸ਼ਨ ਦੇਖਣਾ ਪੈਂਦਾ, ਨਾਲ ਇਨਕਮ, ਕਿਉਂਕਿ ਸਕੂਲਿੰਗ ਵੀਜ਼ਾ ਚ ਬੱਚਾ ਜਾ ਰਿਹਾ ਹਜੇ ਉਹ ਮੈਚਿਓਰਡ ਨਹੀਂ ਹੈ, ਇਹਨਾਂ ਦੀ ਇਨਕਮ ਜਿਹੜੀ ਤੁਸੀਂ ਪੁੱਛੀ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ, ਫਾਈਨੈਂਸ਼ੀਅਲ ਐਸੈਟਸ ਬਹੁਤ ਅੱਛੇ ਹੋਣੇ ਚਾਹੀਦੇ, ਫਿਰ ਸਕੂਲਿੰਗ ਵੀਜ਼ਾ ਚ ਪ੍ਰੋਬਲਮ ਨਹੀਂ ਆਉਂਦੀ। ਜੇ ਤੁਸੀਂ ਕਹੋ ਕਿ ਇਨਕਮ 2 ਲੱਖ ਦੀ ਹੈ ਜਾਂ 3 ਲੱਖ ਦੀ ਹੈ, ਬੱਚੇ 4 ਲੱਖ ਆਪਦੀ ਇਨਕਮ ਦੱਸੀ ਹੈ, ਵਾਈਫ ਦੀ ਅਲੱਗ ਤੋਂ ਹੋਏਗੀ, ਮਤਲਬ 10-12 ਲੱਖ ਦੀ ਅਸੀਂ ਚਾਹੁੰਦੇ ਹਾਂ ਕਿ ਕੰਬਾਈਨਡ ਇਨਕਮ ਹੋਏ, ਗ੍ਰੈਂਡ ਪੇਰੈਂਟਸ ਦੀ ਵੀ ਮਿਲਾ ਸਕਦੇ ਹੋ ਤੁਸੀਂ। ਓਕੇ, ਗ੍ਰਾਂਟ ਹੋ ਸਕਦਾ ਬਟ ਉਹਦੇ ਕੁਛ ਨੁਮਾਇੰਦੇ ਹੁੰਦੇ ਨੇ, ਕੁਝ ਪਹਿਲੂ ਹੁੰਦੇ ਨੇ, ਸੋ ਉਮੀਦ ਆ ਉਹਨਾਂ ਪਹਿਲੂਆਂ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਗੇ। ਇਸ ਮੰਚ ਦੇ ਉੱਪਰ ਅਸੀਂ ਸਾਰੀਆਂ ਗੱਲਾਂ ਨੀ ਸਾਂਝੀਆਂ ਕਰ ਸਕਦੇ ਹੁੰਦੇ, ਕਿਉਂਕਿ ਸਾਡੇ ਵੀ ਕਿਤੇ ਨਾ ਕਿਤੇ ਹੱਥ ਵੱਜੇ ਹੁੰਦੇ ਆ ਸਮਾਂ ਦੇ ਉੱਪਰ, ਸਮਾਂ ਥੋੜਾ ਘੱਟ ਹੁੰਦਾ। ਤੁਸੀਂ ਅਪਾਇੰਟਮੈਂਟ ਲਓ ਮੈਡਮ ਤੋਂ, ਤੁਸੀਂ ਫੋਨ ਕਰਨਾ ਸਾਡੇ ਸ਼ੋਅ ਤੋਂ ਬਾਅਦ, ਅਪਾਇੰਟਮੈਂਟ ਲੈਣੀ ਹੈ, ਔਰ ਜਿਹੜਾ ਸੁਟੇਬਲ ਟਾਈਮ ਹੋਏਗਾ ਤੁਸੀਂ ਮੈਡਮ ਹੁਣਾਂ ਦੇ ਆਫਿਸ
ਆਫਿਸ ਵਿਜ਼ਿਟ ਕਰਨਾ ਤਾਂ ਕਿ ਤੁਹਾਨੂੰ ਇੱਕ ਇੱਕ ਚੀਜ਼ ਬਰੀਕੀ ਨਾਲ ਸਮਝਾਈ ਜਾਵੇ। ਸਾਡੇ ਨੈਕਸਟ ਦਰਸ਼ਕ ਹਾਂਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ ਤੇ ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ, ਮੇਨ ਸਵਾਲ ਕੀ ਹੈ? ਯੂਕੇ ਦਾ ਅਪਲਾਈ ਕਰਨਾ ਹੈ, ਲੋਕੇਸ਼ਨ ਹੈ? ਹਾਂਜੀ ਮੈਮ, ਯੂਕੇ ਦਾ ਵੀਜ਼ਾ ਲਵਾਉਣਾ ਚਾਹੁੰਦੇ ਹਾਂ। ਬਸ ਯੂਕੇ ਦਾ ਵੀਜ਼ਾ ਹੀ ਲਵਾਉਣਾ, ਇਹੀ ਸਵਾਲ ਹੈ ਤੁਹਾਡਾ। 5.5 ਇਚ ਹੈ ਓਵਰਆਲ ਵੀ, ਪਲੱਸ ਟੂ ਕੀਤੀ ਹੈ 2021 ਦੇ ਵਿੱਚ। ਸਬਜੈਕਟ ਕੀ ਸੀ ਮੈਡਮ ਤੁਹਾਡੇ ਕੋਲ? ਮੈਮ ਆਰਟ। ਚਲੋ ਯੂਕੇ ਦੇ ਵਿੱਚ ਸਬਜੈਕਟ ਵਾਈਜ਼ ਕੋਈ ਇੰਨਾ ਫਰਕ ਨਹੀਂ ਪੈਂਦਾ, 5.5 ਇਚ ਹੈ ਮੇਨ ਹੈ। ਹਾਂਜੀ, ਤੇ ਅਪਲਾਈ ਕਰ ਸਕਦੇ ਆ। ਮੇਨ ਇਹਨਾਂ ਦੇ ਜਿਹੜੇ ਕੁਐਸਚਨ ਹੁੰਦੇ, ਫੀਸ ਕਿੰਨੀ ਹੈ, ਲੋਕੇਸ਼ਨ ਕੀ ਹੈ, ਉਹ ਸਾਰੀ ਚੀਜ਼ਾਂ ਜਿਹੜਾ ਇਹਨਾਂ ਨੂੰ, ਕਿਉਂਕਿ ਜਦ ਇੱਕ ਵਾਰੀ ਕਾਲ ਜਾਂਦੀ ਹੈ, ਸਾਡੇ ਕਾਲਰਸ ਕਾਲ ਕਰਦੇ ਆ, ਉਹਨਾਂ ਨੂੰ ਇਨਫੋਰਮੇਸ਼ਨ ਲਿਖਵਾ ਸਕਦੇ ਆ, ਉਹਦੇ ਬਾਅਦ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਕਿਉਂਕਿ ਇਹਨਾਂ ਦੀ ਪਰਸੈਂਟੇਜ ਕੀ ਹੈ, ਇਹਨਾਂ ਦੀ ਕੀ ਇਹਨਾਂ ਦਾ ਕੀ ਇੰਟਰਸਟ ਹੈ, ਕਿਉਂਕਿ ਜ਼ਿਆਦਾਤਰ ਬੱਚੇ ਲੰਡਨ ਜਾਂ ਆਊਟਰ ਲੰਡਨ, ਕਿੰਨੀ ਦੂਰ ਜਾਣਾ, ਕੋਈ ਰਿਲੇਟਿਵ ਰਹਿ ਰਹੇ, ਇਹ ਬੜੇ ਸਾਰੇ ਇਹਨਾਂ ਦੇ ਮਕਸਦ ਨੇ। ਬਿਲਕੁਲ ਹਾਂ, ਕਿਉਂਕਿ ਕਿਤੇ ਨਾ ਕਿਤੇ ਬੱਚੇ ਨੂੰ ਇਹ ਹੁੰਦਾ ਵੀ ਬਗਾਨੀ ਜਗ੍ਹਾ ਤੇ ਜਾਣਾ ਤਾਂ ਥੋੜਾ ਜਿਹਾ ਬੈਨੀਫਿਟ ਮਿਲ ਜਾਂਦਾ। ਉਹ ਤਾਂ ਬੰਦੇ ਕੋਈ ਵੀ ਹੋਏਗਾ ਕਿ ਜਾਂ ਕੋਈ ਫਰੈਂਡ ਹੈ ਜਾਂ ਕੁਛ, ਉਹਨਾਂ ਨੂੰ ਇੱਕ ਸਹਾਰਾ ਹੋ ਜਾਂਦਾ। ਬਿਲਕੁਲ, ਬਗਾਨੀ ਜਗ੍ਹਾ ਤੇ ਜਾਣਾ। ਕਈ ਵਾਰੀ ਉਹ ਚੀਜ਼ ਨਹੀਂ ਮੈਟਰ ਕਰਦੀ ਹੈ, ਕਿਉਂਕਿ 5-7-10 ਦਿਨ ਬਾਅਦ ਤੇ ਬੱਚੇ ਨੇ ਆਪ ਹੀ ਆਪਣਾ ਸਾਂਭਣਾ ਹੁੰਦਾ। ਫਿਰ ਏਰੀਆ ਵਾਈਜ਼ ਜਾਂ ਸਮਝੋ ਇਹ ਕੰਪਰੋਮਾਈਜ਼ ਕਰਦੇ ਆ, ਤੇ ਫਿਰ ਇਹਨਾਂ ਨੂੰ ਲਾਈਫ ਚ ਕਈ ਅਦਰ ਪ੍ਰੋਬਲਮਸ ਆ ਜਾਂਦੀਆਂ, ਬਹੁਤ ਜਗ੍ਹਾ ਤੇ ਕੰਪਰੋਮਾਈਜ਼ ਕਰਨਾ ਪੈ ਜਾਂਦਾ। ਬਾਕੀ ਨੈਵੀਗੇਟਰ ਲਿੰਕ ਪ੍ਰੋਵਾਈਡ ਕਰਾ ਦਿੰਦਾ ਬੱਚਿਆਂ ਨੂੰ ਗਾਂਧੀ ਗਾਂ। ਮੇਰੇ ਬੱਚੇ ਇੰਨੇ ਸਾਲਾਂ ਤੋਂ ਹਰ ਸਿਟੀ ਵਿੱਚ ਨੈਕਸਟ ਦਰਸ਼ਕ ਸਾਡੇ, ਹਾਂਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ, ਔਰ ਕੀ ਨਾਮ ਹੈ, ਕੀ ਜਾਣਕਾਰੀ ਚਾਹੁੰਦੇ ਹੋ, ਕੀ ਸਵਾਲ ਹੈ ਤੁਹਾਡਾ ਜੀ? ਲੁਧਿਆਣਾ ਤੋਂ, ਠੀਕ ਹੈ ਮੈਡਮ, ਕੀ ਸਵਾਲ ਹੈ ਜੀ ਆਪਣਾ? ਟੂਰਿਸਟ, ਅੱਛਾ ਵਿਜ਼ਟਰ ਵੀਜ਼ਾ, ਠੀਕ ਹੈ ਜੀ। ਓਕੇ ਜੀ, ਠੀਕ ਹੈ, ਤੁਹਾਡੇ ਬੇਟੇ ਦਾ ਦੁਬਾਰਾ ਵਿਜ਼ਟਰ ਵੀਜ਼ਾ ਅਪਲਾਈ। ਓਕੇ, ਬੇਟਾ ਤੁਹਾਡਾ ਮੈਰਿਡ ਹੈ ਕਿ ਸਿੰਗਲ ਹੈ ਜੀ? ਹਾਂਜੀ ਸਿੰਗਲ ਹੈ। ਓਕੇ, ਬੇਟਾ ਕਰਦਾ ਕੀ ਤੁਹਾਡਾ, ਉਹਦੀ ਏਜ ਕਿੰਨੀ ਹੈ? ਠੀਕ ਹੈ, ਠੀਕ ਹੈ, ਉਮਰ ਕਿੰਨੀ ਹੈ ਮੈਡਮ ਤੁਹਾਡੇ ਬੇਟੇ ਦੀ? ਮੈਡਮ ਉਮਰ ਕਿੰਨੀ ਹੈ ਬੇਟੇ ਦੀ? 24। ਓਕੇ, ਥੈਂਕ ਯੂ ਮੈਡਮ ਨਾਲ ਜੁੜਨ ਦੇ ਲਈ। ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣੋ ਮੈਡਮ। 24 ਸਾਲ ਦੇ ਬੱਚੇ ਨੇ ਆਪਣੀ ਮਾਤਾ ਸ਼੍ਰੀ ਦੇ ਨਾਲ ਵੀਜ਼ਾ ਅਪਲਾਈ ਕੀਤਾ, ਐਪਲੀਕੇਸ਼ਨ ਅਪਲਾਈ ਕੀਤੀ। ਮੈਂ 21 ਸਾਲ ਦੇ ਬੱਚੇ ਦਾ ਵੀਜ਼ਾ ਲਗਵਾਇਆ ਸੀ ਮਾਤਾ ਦੇ ਨਾਲ। ਇਹ ਡਿਪੈਂਡ ਕਰਦਾ ਫਾਈਲ ਕਿੱਦਾਂ ਬਣੀ ਹੈ ਔਰ ਪ੍ਰੈਜ਼ੈਂਟ ਕਿੱਦਾਂ ਹੋਈ ਹੈ। ਇਹ ਨਹੀਂ ਆਪਾਂ ਕਹਿੰਦੇ ਕਿ ਗਲਤ ਬਣੀ ਹੋਏਗੀ, ਵੀਜ਼ਾ ਆਫੀਸਰ ਦੇ ਡਿਸੀਜ਼ਨ ਲੈਣ ਦਾ ਕੀ ਤਰੀਕਾ ਹੈ। ਬਹੁਤ ਸਾਰੀ ਚੀਜ਼ਾਂ ਮੈਟਰ ਕਰਦੀ ਹੈ ਜਦ ਤੱਕ ਅਸੀਂ ਪੂਰਾ ਕੇਸ ਨਹੀਂ ਦੇਖਦੇ, ਜਦ ਤੱਕ ਅਸੀਂ ਗਾਈਡ ਨਹੀਂ ਕਰ ਸਕਦੇ। ਪਿੱਛੇ ਸਾਲ ਦਾ ਬੱਚਾ ਸੀਗਾ, ਹਜੇ ਸਟੂਡੈਂਟ ਸੀਗਾ, ਇਹ ਤਾਂ 24 ਸਾਲ ਦਾ ਜੋਬ ਕਰ ਰਿਹਾ, ਪੜ੍ਹ ਰਿਹਾ ਸੀਗਾ ਅਜੇ, ਉਹ ਜ਼ਿਆਦਾ ਮੁਸ਼ਕਲ ਸੀਗਾ ਵੀਜ਼ਾ। ਬਿਲਕੁਲ, ਉਹਦੇ ਚ ਜ਼ਿਆਦਾ ਕੰਪਲਿਕੇਸ਼ਨ ਸੀਗੀਆਂ, ਕੰਪਲਿਕੇਟਿਡ ਵੀਜ਼ਾ ਸੀਗਾ, ਉਹ ਲਗਵਾਇਆ। ਤਾਂ ਸੁਪਰ ਵੀਜ਼ਾ ਅਪਲਾਈ ਕਰ ਲੈਣ ਹੁਣ, ਤੁਸੀਂ ਕਰਵਾ ਦੋਗੇ? ਲੇਕਿਨ ਉਹ ਪੂਰੀ ਫਾਈਲ ਦੇਖਣ ਦੇ ਬਾਅਦ ਹੀ, ਜਿੱਦਾਂ ਮੈਂ ਤੁਹਾਨੂੰ ਕਿਹਾ, ਜਦ ਤੱਕ ਕੇਸ ਪੂਰਾ ਨਹੀਂ ਦੇਖਾਂਗੇ, ਜਦ ਤੱਕ ਨਹੀਂ ਅਸੀਂ, ਕਿਉਂਕਿ ਮੇਰੀ ਇਹ ਆਦਤ ਹੈ ਕਿ ਜਦ ਤੱਕ ਪੂਰਾ ਕੇਸ ਨਹੀਂ ਦੇਖਦੀ ਮੈਂ ਹਾਂ ਨਹੀਂ ਕਹਿ ਸਕਦੀ। ਮੈਂ ਤੁਹਾਨੂੰ ਇੰਨੀ ਚੀਜ਼ ਮਸਟ ਵੀ ਮੈਂ ਭੁੱਲ ਸਕਦੀ ਹਾਂ, ਤੁਹਾਨੂੰ ਇੱਕ ਅਪਡੇਟ ਦੇਣਾ ਚਾਹੂੰਗੀ ਆਸਟ੍ਰੇਲੀਆ ਦੇ ਬਾਰੇ। ਜਿੱਦਾਂ ਕਾਫੀ ਸਾਰੇ ਆਰਟਸ ਦੇ ਸਟੂਡੈਂਟਸ ਹੁੰਦੇ ਆ, ਜਿਨ੍ਹਾਂ ਨੂੰ ਅੱਗੇ ਬਹੁਤ ਮੁਸ਼ਕਲ ਹੁੰਦੀ ਹੈ ਚੋਣ ਕਰਨ ਦੀ ਸਬਜੈਕਟ, ਰਾਈਟ? ਠੀਕ ਹੈ, ਜਾਂ ਉਹਨਾਂ ਦੇ ਪੰਜਾਬ ਬੋਰਡ ਦੇ 70% ਹੈ, ਜਾਂ ਗ੍ਰੈਜੂਏਸ਼ਨ ਚ ਪਲੱਸ ਟੂ ਵਿੱਚ ਜਾ, ਔਰ ਜੇ CBSE ICSE 60%, IELTS 6 ਬੈਂਡ ਓਵਰਆਲ ਨਾਟ ਲੈਸ ਦੈਨ 5.5, ਉਹਨਾਂ ਨੂੰ ਬਹੁਤ ਸੁਨਹਿਰੀ ਮੌਕਾ ਮਿਲ ਸਕਦਾ। ਫੀਸ ਵੀ ਬਹੁਤ ਰੀਜ਼ਨੇਬਲ ਹੈ, ਕੋਈ $10,000 ਸਮੈਸਟਰ ਦੀ ਫੀਸ ਹੈ, ਸਮੈਸਟਰ ਦੀ। ਓਕੇ,
ਹੋਸਪਿਟੈਲਿਟੀ ਮੈਨੇਜਮੈਂਟ ਦੇ ਕੋਰਸਿਸ ਹੈ, ਮਤਲਬ ਟੈਂਸ਼ਨ ਮੁੱਕ ਗਈ ਆਰਟਸ ਵਾਲੇ ਬੱਚਿਆਂ ਨੂੰ ਜਿਹੜੇ ਕਹਿੰਦੇ ਸੀ ਸਾਨੂੰ ਕੋਰਸ ਨੀ ਮਿਲਦੇ, ਅਸੀਂ ਸਿਰਫ ਕੈਨੇਡਾ ਵੱਲ ਨੂੰ ਜਾਣਾ। ਹਰ ਬੱਚੇ ਦੀ ਆਪਣੀ ਚੋਇਸ ਆ, ਕੋਈ ਬਿਲਕੁਲ ਕੈਨੇਡਾ ਤੇ ਕੋਰਸ ਵੱਲ ਨੂੰ ਲੈ ਕੇ ਬੱਚੇ ਬੜੇ ਕਹਿੰਦੇ ਸੀਗੇ ਕਿ ਸਾਡੇ ਆਸਟ੍ਰੇਲੀਆ ਚ ਕੋਰਸ ਦੀ ਆਪਸ਼ਨਸ ਘੱਟ ਹੈਗੀਆਂ ਨੇ, ਤਾਂ ਨੈਵੀਗੇਟਰ ਉਹ ਵੀ ਉਪਲਬਧ ਕਰਾ ਰਿਹਾ ਹੈਗਾ ਸਾਰੇ ਆਪਸ਼ਨ। ਨੈਕਸਟ ਕਾਲਰ ਸਾਡੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਕੀ ਨਾਮ ਹੈ ਤੁਹਾਡਾ? ਜੀ ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸਵਾਲ ਮੇਰੇ ਸਵਾਲ ਹੈ ਕਿ ਬੱਚੇ ਨੇ 2018 ਠੀਕ ਹੈ, ਓਕੇ ਜੀ, ਨੰਬਰ ਕਿੰਨੇ ਨੇ ਬੱਚੇ ਦੇ? 18 ਤੋਂ ਬਾਅਦ ਬੱਚਾ ਕੀ ਕਰ ਰਿਹਾ ਹੈਗਾ ਤੇ ਬੈਂਡ ਸਕੋਰ ਕੀ ਹੈ ਬੱਚੇ ਦਾ? ਡਿਪਲੋਮਾ ਕੀਤਾ ਪਲੱਸ ਟੂ ਤੋਂ ਬਾਅਦ? 19 ਦੇ ਵਿਚ, ਠੀਕ ਹੈ ਜੀ। 19 ਤੋਂ ਬਾਅਦ ਬੱਚਾ ਕੀ ਕਰ ਰਿਹਾ? ਅੱਛਾ, ਐਕਸਪੀਰੀਅੰਸ ਕਰ ਰਿਹਾ, ਓਕੇ। ਆਈਲਟਸ ਕਰ ਲਈ ਹੈ? ਪੀਟੀ ਕੀਤੀ ਹੈ ਜੀ? ਆਈਲਟਸ ਜਾਂ ਪੀਟੀ ਕੁਛ ਕੀਤਾ ਹੈ ਦੋਨਾਂ ਚੋਂ? ਠੀਕ ਹੈ ਜੀ। 18 ਚ ਨੰਬਰ ਕਿੰਨੇ ਆਏ ਸੀ 2018 ਚ ਪਲੱਸ ਟੂ ਦੇ ਵਿਚ? ਠੀਕ ਹੈ ਜੀ। ਸਰ ਕਿੱਥੋਂ ਬੋਲ ਰਹੇ ਹੋ ਤੁਸੀਂ? ਓਕੇ ਜੀ, ਹੁਣ ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣਨਾ ਹੈ ਜੀ, ਸਾਡੇ ਸਟੱਡੀ ਵੀਜ਼ਾ ਐਕਸਪਰਟ ਜਵਾਬ ਦੇਣਗੇ ਤੁਹਾਡੇ ਸਵਾਲ ਦਾ। ਤੁਹਾਨੂੰ 47% ਨੰਬਰ ਅਕੈਡਮਿਕ ਵੀਕ ਹੈ, ਬੱਚੇ ਨੇ ਆਈਲਟਸ ਪੀਟੀ ਨਹੀਂ ਕੀਤਾ ਹੈਗਾ, ਡਿਪਲੋਮਾ ਕੀਤਾ, ਨਾਲ ਨਾਲ ਐਕਸਪੀਰੀਅੰਸ ਜਾਰੀ ਹੈ ਬੱਚੇ ਦਾ। ਆਪਸ਼ਨਸ ਹੋਣਗੀਆਂ ਕੋਈ? ਮੈਂ ਤੁਹਾਨੂੰ ਇਸ ਬੱਚੇ ਦਾ ਮਤਲਬ ਬਹੁਤ ਅੱਛਾ ਕੋਰਸ ਦੱਸੂਗੀ। ਇਹਦੇ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ, ਸਵਿਟਜ਼ਰਲੈਂਡ ਦਾ ਹੋਸਪਿਟੈਲਿਟੀ ਮੈਨੇਜਮੈਂਟ ਦਾ, ਠੀਕ ਹੈ, ਕਿਉਂਕਿ ਬੱਚਾ 47% ਵਾਲਾ, ਦੈਟ ਮੀਨਸ ਉਹਨੂੰ ਪ੍ਰੈਕਟੀਕਲ ਚਾਹੀਦਾ ਜ਼ਿਆਦਾ ਕੋਰਸ, ਬੜੀ ਥੇਰੇਟੀਕਲ ਵਿੱਚ ਨਹੀਂ ਜਾ ਸਕਦਾ, ਇੰਨਾ ਜ਼ਿਆਦਾ ਨਹੀਂ ਹੈ। ਔਰ ਹੋਸਪਿਟੈਲਿਟੀ ਮੈਨੇਜਮੈਂਟ ਹਮੇਸ਼ਾ ਹੀ ਜਿਹੜਾ ਇਹ ਥੈਰੇਟੀਕਲ ਨਹੀਂ ਹੁੰਦਾ, ਬਹੁਤ ਘੱਟ ਹੁੰਦਾ, ਪ੍ਰੈਕਟੀਕਲ ਜ਼ਿਆਦਾ ਹੁੰਦਾ, ਠੀਕ ਹੈ, ਜਿਹਦੇ ਵਿੱਚ ਬੱਚਾ ਉੱਥੇ 6 ਮਹੀਨੇ ਪੜੇਗਾ ਔਰ 6 ਮਹੀਨੇ ਇੰਟਰਨਸ਼ਿਪ ਦੇ ਵਿੱਚ ਉਹਨੂੰ ਪੇਡ ਇੰਟਰਨਸ਼ਿਪ ਹੈ, ਓਕੇ, ਜਿਹਦੇ ਵਿੱਚ 1.5 ਲੱਖ ਤੋਂ ਉੱਪਰ ਉਹਨੂੰ ਪਰ ਮੰਥ ਦਾ ਮਿਲ ਰਿਹਾ, ਠੀਕ ਹੈ। ਇਹ ਪ੍ਰੋਗਰਾਮ ਬੱਚਾ ਕਰਕੇ ਜਿਹੜਾ 101% US ਦੀ ਇੰਟਰਨਸ਼ਿਪ ਮਿਲ ਜਾਂਦੀ ਹੈ ਉੱਥੋਂ, ਓਕੇ, ਅੱਛਾ, ਚਾਹੇ 1 ਈਅਰ ਦਾ ਕੋਰਸ ਕਰੇ ਡਿਪਲੋਮਾ, ਚਾਹੇ ਡਿਗਰੀ ਕਰੇ 3 ਈਅਰ ਦੀ, ਇਹ ਸਟੂਡੈਂਟ ਦੇ ਆਪਣੇ ਉੱਪਰ ਹੈ, ਓਕੇ। ਪਰ ਇਹ ਹੈ ਕਿ ਹੋਸਪਿਟੈਲਿਟੀ ਮੈਨੇਜਮੈਂਟ ਤਾਂ ਉੱਥੋਂ ਕਰਕੇ ਜਿਹੜਾ ਇਹਨਾਂ ਦਾ ਟਾਈਅਪ ਹੈ, ਬਹੁਤ ਅੱਛਾ ਟਾਈਅਪ ਹੈ, ਔਰ ਉਹ ਅੱਗੇ ਜਾ ਕੇ ਜਿਹੜਾ US ਦੇ ਜਿਹੜੀ ਇੰਟਰਨਸ਼ਿਪ ਲੈ ਸਕਦੇ। ਡਿਪੈਂਡ ਕਰਦਾ ਪ੍ਰੋਫਾਈਲ ਟੂ ਪ੍ਰੋਫਾਈਲ। ਦੇਖੋ ਸਰ, ਤੁਹਾਡੀ ਕੁਐਰੀ UK ਦੀ ਸੀ, ਲੇਕਿਨ ਮੈਡਮ ਨੇ ਤੁਹਾਨੂੰ ਕਿੰਨੇ ਸੋਹਣੇ ਰਾਹ ਪਾਇਆ, ਸਵਿਟਜ਼ਰਲੈਂਡ ਜਾਓ, ਸਵਿਟਜ਼ਰਲੈਂਡ ਤੋਂ ਕਾਈਂਡ ਆਫ ਪਾਥਵੇ ਪ੍ਰੋਗਰਾਮ ਹੀ ਹੋਇਆ ਮੈਡਮ ਨੇ, ਇੰਟਰਨਸ਼ਿਪ। ਅੱਛਾ, ਇੰਟਰਨਸ਼ਿਪ ਇਹਨਾਂ ਨੇ ਪੜ੍ਹਨਾ ਨਹੀਂ ਹੈ? ਅੱਛਾ, ਤੁਸੀਂ ਜਾਣਾ ਹੈ ਉੱਥੇ, ਆਪਣਾ ਕੰਮ ਸਿੱਖਣਾ ਸਵਿਟਜ਼ਰਲੈਂਡ ਹੈ, ਇੱਥੇ ਪੜ੍ਹਨਾ ਪੜ੍ਹਨਾ 6 ਮਹੀਨੇ ਪੜ੍ਹਨਾ, 6 ਮਹੀਨੇ ਇੰਟਰਨਸ਼ਿਪ ਹੈ, ਓਕੇ, 1 ਈਅਰ ਦਾ ਕੋਰਸ ਕਰਕੇ। ਹੁਣ ਇਹਨਾਂ ਦੀ ਮਰਜ਼ੀ ਹੈ ਕਿ ਇਹ 1 ਈਅਰ ਦਾ ਡਿਪਲੋਮਾ ਕਰਕੇ ਇੰਟਰਨਸ਼ਿਪ ਲਗਵਾਉਣਾ ਚਾਹੁੰਦੇ ਆ, ਓਕੇ, US ਦੀ, ਠੀਕ ਹੈ, ਜਾਂ ਫਿਰ ਇਹ ਉੱਥੋਂ ਹੀ 2 ਸਾਲ ਦਾ 3 ਸਾਲ ਦਾ ਸਵਿਟਜ਼ਰਲੈਂਡ ਤੋਂ ਕਰਨਾ ਚਾਹੁੰਦੇ, ਇਹ ਇਹਨਾਂ ਦੇ ਉੱਪਰ, ਓਕੇ, ਇਹ ਤੁਹਾਡੀ ਚੋਇਸ ਹੋ ਜਾਏਗੀ। ਸੋ ਸਰ, ਇੱਕ ਵਾਰੀ ਸਾਡੇ ਸ਼ੋਅ ਤੋਂ ਬਾਅਦ ਮਿਲਿਓ ਤੁਸੀਂ ਆਫਿਸ ਦੇ ਵਿੱਚ ਆ ਕੇ, ਥੋੜੀ ਜਿਹੀ ਕੰਫਿਊਜ਼ਨ ਹੋ ਸਕਦਾ ਤੁਹਾਨੂੰ ਰਹਿ ਗਈ ਹੋਵੇ, ਤੁਹਾਨੂੰ ਗੱਲਬਾਤ ਜੇ ਸਮਝ ਨਾ ਆਵੇ, ਇਸ ਤੱਕ ਕਲੀਅਰ ਕਰਨਾ ਲੰਬਾ ਹੁੰਦਾ, ਹਾਂਜੀ, ਇੰਨਾ ਆਪਣੇ ਕੋਲ ਟਾਈਮ ਨਹੀਂ ਹੁੰਦਾ, ਬਿਲਕੁਲ, ਤੁਹਾਨੂੰ ਉਤਲੀ ਗੱਲ ਦੱਸਦੀ ਵੀ ਤੁਹਾਡਾ ਹੱਲ ਹੋ ਜਾਏਗਾ, ਬੱਚਾ ਤੁਹਾਡਾ ਵਿਦੇਸ਼ ਦੀ ਧਰਤੀ ਦੇ ਪੈਰ ਧਰ ਜਾਏਗਾ ਤੇ ਉੱਥੇ ਸੈਟਲਮੈਂਟ ਆਪਸ਼ਨ ਵੀ ਲੈ ਲਏਗਾ, ਨੈਵੀਗੇਟਰ ਦੇ ਬਾਂਹ ਫੜਿਆ। ਸਾਡੇ ਨੈਕਸਟ ਕਾਲਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਤੁਹਾਡਾ ਕੀ ਨਾਮ ਹੈ? ਮੇਰੀ ਬੇਨਤੀ ਸਾਡੇ ਸਾਰੇ ਦਰਸ਼ਕਾਂ ਨੂੰ ਜਿਹੜੇ ਸੰਪਰਕ ਕਰਨ ਦਾ ਸਾਡੇ ਨਾਲ ਲਗਾਤਾਰ ਪ੍ਰਯਤਨ ਕਰਦੇ ਨੇ, ਥੋੜਾ ਜਿਹਾ ਟਰਮਾ ਰੱਖ ਲਿਆ ਕਰੋ, ਕਿਉਂਕਿ ਕਤਾਰ ਚ ਹਜ਼ਾਰਾਂ ਦੀ ਤਾਦਾਦ ਚ ਦਰਸ਼ਕ ਜੁੜੇ ਹੁੰਦੇ ਨੇ, ਸੋ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ। ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਕੀ ਨਾਮ ਹੈ? ਸੁਣ ਪਾ ਰਹੇ ਹੋ? ਹਾਂਜੀ, ਉੱਚੀ ਬੋਲੋ ਥੋੜਾ ਜਿਹਾ, ਮੈਨੂੰ ਆਵਾਜ਼ ਆ ਰਹੀ ਹੈ ਤੁਹਾਡੀ। ਦਲਜੀਤ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਸਵਾਲ ਕੀ ਹੈ ਤੁਹਾਡਾ? ਗੁਰਦਾਸਪੁਰ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਛੇ ਬੈਂਡ ਹੈ, BSC ਨਰਸਿੰਗ ਕੀਤੀ ਹੈ, ਓਕੇ, ਕਦੋਂ ਕੀਤੀ ਹੈ ਜੀ BSC ਨਰਸਿੰਗ? ਠੀਕ ਹੈ, ਸਵਾਲ ਕੀ ਹੈ ਜੀ? ਸਰ, BSC ਤੁਹਾਡੇ ਬੱਚੇ ਨੇ ਕੀਤੀ, ਕਦੋਂ ਕੀਤੀ ਹੈ, ਕਦੋਂ ਦਾ ਪਾਸ ਆਊਟ ਹੈ ਬੇਟਾ ਤੁਹਾਡਾ? ਉਹ ਜੀ ਕੀਤੀ ਹੈ
ਵੀਚ ਕੀਤੀ, ਉਸ ਤੋਂ ਬਾਅਦ ਬੱਚਾ ਕੀ ਕਰ ਰਿਹਾ ਜੀ? ਓਕੇ ਜੀ, ਓਕੇ, ਹੋਸਪਿਟਲ ਦਾ ਐਕਸਪੀਰੀਅੰਸ ਹੈ 6 ਬੈਡ ਨੇ, ਤੁਸੀਂ ਕਿੱਥੇ ਭੇਜਣਾ ਚਾਹੁੰਦੇ ਹੋ ਦਲਜੀਤ ਜੀ ਆਪਣੇ ਬੱਚੇ ਨੂੰ? ਆਸਟ੍ਰੇਲੀਆ ਲੱਗ ਜੇ ਤੇ ਉਹਦੇ ਅੱਗੇ ਰੀਸ ਨੀ ਹੈਗੀ। ਚਲੋ ਠੀਕ ਹੈ ਜੀ, ਤੁਹਾਨੂੰ ਹੁਣੇ ਟੀਵੀ ਸਕਰੀਨ ਤੇ ਆਨਸਰ ਦਿੰਨੇ ਆ। ਨੰਬਰ ਕਿੰਨੇ ਨੇ ਸਰ ਤੁਹਾਡੇ ਬੱਚੇ ਦੇ ਬੀਐਸਸੀ ਚ, ਦੱਸ ਸਕਦੇ ਹੋ? ਠੀਕ ਹੈ, ਚਲੋ ਕੋਈ ਗੱਲ ਨੀ ਜੀ, ਤੁਹਾਨੂੰ ਰਾਹੇ ਜਰੂਰ ਪਾਵਾਂਗੇ। ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣੋ ਮੈਡਮ। ਨਰਸਿੰਗ ਵਾਲਿਆਂ ਲਈ ਆਮ ਤੌਰ ਦੇ ਉੱਤੇ ਅਸੀਂ 6.5 ਜਾਂ 7 ਬੈਂਡ ਦੀ ਗੱਲ ਆਮ ਤੌਰ ਤੇ ਅਸੀਂ ਸੁਣਦੇ ਹਾਂ। ਬੱਚੇ ਨੇ ਬੀਐਸਸੀ ਨਰਸਿੰਗ ਕੀਤੀ ਹੈ, ਤਜਰਬੇਕਾਰ ਹੈਗਾ, ਆਪਸ਼ਨ ਰਹਿਣਗੀਆਂ ਕੋਈ ਇਸ ਬੱਚੇ ਦੇ ਲਈ ਆਸਟ੍ਰੇਲੀਆ ਦੇ? ਬੀਐਸਸੀ ਨਰਸਿੰਗ ਜਿਸ ਬੱਚੇ ਨੇ ਕੀਤੀ ਹੋ ਨਾ, ਉਹਨਾਂ ਤੇ ਕੰਪਨੀਆਂ ਅੱਜ ਕੱਲ੍ਹ ਲੱਭਦੀਆਂ। ਰੀਜ਼ਨ ਬੀਇੰਗ ਕਿ ਬੀਐਸਸੀ ਨਰਸਿੰਗ ਵਾਲਿਆਂ ਨੂੰ ਹਰ ਕੰਟਰੀ ਵੀਜ਼ਾ ਬਹੁਤ ਆਰਾਮ ਨਾਲ ਦੇ ਰਹੀ ਹੈ। ਕੋਵਿਡ ਦੇ ਬਾਅਦ ਤੁਹਾਨੂੰ ਪਤਾ ਕਿ ਹਜੇ ਤੱਕ ਮੈਡੀਕਲ ਹਾਲਾਤ ਇੰਨੇ ਜ਼ਿਆਦਾ ਵਧੀਆ ਨਹੀਂ ਹੈ ਤੇ ਇਹਨਾਂ ਦੀ ਹਜੇ 3-4 ਸਾਲ ਚੰਗੀ ਡਿਮਾਂਡ ਰਹਿਣੀ ਹੈ। ਤੁਸੀਂ ਦੇਖੋ ਇਸ ਬੱਚੇ ਦੇ ਮੇਰੇ 6 ਬੈਂਡ ਹੈ। ਸਾਡਾ ਜਿਹੜਾ GNM ਨਰਸਿੰਗ ਕੀਤੀ 43 PT ਦੇ ਸਕੋਰ ਸੀਗਾ, ਜਿਹੜਾ ਕਿ ਬਹੁਤ ਲੋ ਸਕੋਰ ਹੈ। ਠੀਕ ਹੈ, ਉਹਦਾ 10 ਦਿਨਾਂ ਚ ਆਸਟ੍ਰੇਲੀਆ ਦਾ ਵੀਜ਼ਾ ਹੈ। ਕੀ ਬਾਤ ਕਰ ਰਹੇ ਹੋ ਜੀ, ਵਾਹ ਜੀ ਵਾਹ। ਉਹ ਮੈਂ ਸਿਰਫ ਬਾਈ ਚਾਂਸ ਆਈ, ਮੈਂ ਬਹੁਤ ਜਲਦੀ ਚਾਹੀ ਹਾਂ, ਮਤਲਬ ਫੋਨ ਫੇਸਬੁੱਕ ਤੇ ਦੇਖ ਲਈਏ, ਦਿਖ ਜਾਏਗਾ ਫੇਸਬੁੱਕ ਤੇ ਬੱਚੇ ਦਾ। 100% ਸਾਰੇ ਵੀਜ਼ੇ ਜੋ ਵੀ ਚੀਜ਼ ਆ ਉਹ ਦਾਅਵੇ ਨਾਲ ਕਹਿੰਦੇ ਆ। ਠੀਕ ਹੈ, ਬੱਚਿਆਂ ਨੂੰ ਬੁਲਾ ਲਈਏ ਫਿਰ ਆਫਿਸ ਦੇ ਵਿੱਚ? ਹਰ ਬੱਚਾ, ਮੈਂ ਤਾਂ ਕਹਿੰਦੀ ਹਾਂ ਜਿਹੜਾ ਐਲੀਜੀਬਲ ਹੈ ਨਾ ਐਲੀਜੀਬਲ ਹੈ ਉਹਨੂੰ ਆਉਣਾ ਚਾਹੀਦਾ ਹੈ, ਕਿਉਂਕਿ ਰੀਜ਼ਨ ਬੀਇੰਗ ਕਿ ਆਪਾਂ ਜਿਹੜਾ ਜਹਾਜ਼ ਲੈ ਕੇ 14 ਘੰਟੇ ਦੀ ਫਲਾਈਟ ਲੈ ਕੇ ਜਾਣਾ ਨਾ, ਉਹਦੇ ਵਾਸਤੇ 2-4 ਘੰਟੇ ਕੋਈ ਮਾਇਨੇ ਨਹੀਂ ਰੱਖਦੇ। ਸਹੀ ਸਲਾਹਕਾਰ ਹੋਏ, ਸਹੀ ਕੰਸਲਟੈਂਟ ਹੋਏ। ਲੋਕਲ ਕਈ ਵਾਰੀ ਤੁਸੀਂ ਫਸ ਜਾਂਦੇ ਹੋ, ਫਾਈਲ ਖਰਾਬ ਕਰਾ ਲੈਂਦੇ ਹੋ, ਫੇਰ ਸਾਡੇ ਕੋਲ ਆਉਂਦੇ ਹੋ, ਫੇਰ ਸਾਨੂੰ ਫਾਈਲ ਸਾਂਭਣਾ ਬਹੁਤ ਮੁਸ਼ਕਲ ਹੁੰਦੀ ਹੈ, ਤਾਂ ਬੈਟਰ ਹੈ ਕਿ ਤੁਸੀਂ ਪਹਿਲੇ ਹੀ ਆ ਜਾਓ। ਬਿਲਕੁਲ, ਸੋ ਤੁਹਾਡੀ ਡੈਸਟੀਨੇਸ਼ਨ ਤੇ ਜਿੱਥੇ ਤੁਸੀਂ ਜਾਣਾ ਹੁੰਦਾ, ਤੁਹਾਨੂੰ ਸਿੱਧਾ ਜਦੋਂ ਰਸਤਾ ਨਹੀਂ ਮਿਲਦਾ ਹੁੰਦਾ ਤਾਂ ਇੱਕ ਵਾਰੀ ਨੈਵੀਗੇਟਰ ਨਾਲ ਜ਼ਰੂਰ ਰਾਬਤਾ ਕਰਿਆ ਕਰੋ। ਕਈ ਵਾਰੀ ਬਹੁਤ ਸੋਹਣੇ ਪਾਥਵੇ ਪ੍ਰੋਗਰਾਮਸ ਹੁੰਦੇ ਆ, ਜਾਂ ਫਿਰ ਇਹਨਾਂ ਦੇ ਜਿਵੇਂ ਡਾਇਰੈਕਟ ਟਾਈਅਪਸ ਨੇ, 2 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਸੇਵਾਵਾਂ ਦਿੰਦੇ ਹੋਏ, ਤਾਂ ਓਬਵੀਅਸ ਜੀ ਗੱਲ ਹੈ ਵੀ ਐਕਸਪੀਰੀਅੰਸ ਜਿਹੜਾ ਬਹੁਤ ਮੈਟਰ ਕਰਦਾ ਹੈਗਾ। ਆਪਾਂ ਘਰੇ ਵੀ ਹੁੰਦੇ ਹਾਂ, ਜੋ ਬੱਚੇ ਹੈਗੇ ਨੇ ਆਪਸ ਚ ਕੋਈ ਗੱਲ ਕਰਦੇ ਆ ਤਾਂ ਪੇਰੈਂਟਸ ਜਾਂ ਫਿਰ ਗ੍ਰੈਂਡ ਪੇਰੈਂਟਸ ਸਾਨੂੰ ਕੋਈ ਗੱਲ ਕਹਿੰਦੇ ਆ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਹੈ ਨਾ। ਉਹ ਗੱਲ ਉਸ ਟਾਈਮ ਬੁਰੀ ਲੱਗਦੀ ਹੈ ਮੈਨੂੰ। ਕਈ ਕਲਾਇੰਟਸ ਕਹਿਣਗੇ ਮੈਡਮ ਤੁਸੀਂ ਨਾ ਥੋੜਾ ਜਿਹਾ ਜਲਦੀ ਦੱਸ ਗਏ, ਕਿਉਂਕਿ ਸਾਡੀ ਆਦਤ ਹੈ ਹਰ ਚੀਜ਼ ਟਿਪਸ ਤੇ ਹੈ। ਉਹਨਾਂ ਨੂੰ ਹੋ ਸਕਦਾ ਹੈ ਔਰ ਕਾਉਂਸਲਰ ਹੈ ਉਹ ਸ਼ਾਇਦ ਬਹੁਤ ਡਿਟੇਲ ਚ ਸਮਝਾਏਗੀ। ਕਈ ਵਾਰੀ ਮੈਂ ਮਿਲੂੰਗੀ ਤੇ ਮੇਰੇ, ਕਿਉਂਕਿ ਮੈਨੂੰ ਆਦਤ ਹੈ ਕਿ ਅਸੀਂ ਤੇ ਲਈ ਫਾਈਲ ਜਿਹੜੀ ਲੱਗਣੀ ਹੈ ਉਹੀ ਲੈਣੀ ਹੈ, ਨਹੀਂ ਤਾਂ ਲੈਣੀ ਨਹੀਂ। ਬਿਲਕੁਲ, ਪੁਆਇੰਟ ਟੂ ਪੁਆਇੰਟ ਗੱਲ ਕਰਨੀ ਔਰ ਸਾਰੀ ਗੱਲ ਖੋਲ ਕੇ ਰੱਖ ਦੇਣੀ। ਮੈਂ ਕਿਹਾ ਜੇ ਅਸੀਂ ਝੂਠ ਬੋਲਣਾ ਤੇ ਅਸੀਂ ਮਿੱਠੀ ਮਿੱਠੀ ਗੱਲਾਂ ਬਣਾਵਾਂਗੇ, ਅਸੀਂ ਪ੍ਰੈਕਟੀਕਲੀ ਕੰਮ ਕਰਨਾ, ਮਿੱਠੀਆਂ ਗੱਲਾਂ ਬਣਾਉਂਦਾ। ਤੁਸੀਂ ਇਹ ਸਾਰੀ ਚੀਜ਼ ਦਾ ਰਿਕਾਰਡ ਸਾਡੇ ਕਿੰਜਾ ਪ੍ਰਦੇਸ਼ ਦੇ ਫੇਸਬੁੱਕ ਪੇਜ ਤੇ, ਇਸ ਤੋਂ ਇਲਾਵਾ ਨੈਵੀਗੇਟਰ ਦੇ ਫੇਸਬੁੱਕ ਪੇਜ ਤੇ ਦੇਖ ਸਕਦੇ ਹੁੰਦੇ ਹੋ, ਕਿਉਂਕਿ ਜਿਹੜੇ ਬੱਚਿਆਂ ਦਾ ਵੀਜ਼ਾ ਨਹੀਂ ਲੱਗਣਾ ਮੈਡਮ ਇਸ ਮੰਚ ਤੇ ਬਹਿ ਕੇ ਉਹਨਾਂ ਨੂੰ ਕੋਰਾ ਜਵਾਬ ਦਿੰਦੇ ਨੇ ਵੀ ਕਾਕਾ ਜੀ ਜਾਂ ਬੀਬਾ ਜੀ ਤੁਹਾਡਾ ਨਹੀਂ ਲੱਗਣਾ ਹੈਗਾ, ਹੋਰ ਕੁਛ ਚੋਇਸ ਕਰੋ ਜਾਂ ਫਿਰ ਆਪਣੀ ਇੰਪਰੂਵਮੈਂਟ ਕਰੋ। ਸੋ ਮਿੱਠੀਆਂ ਗੱਲਾਂ ਲੁਭਾਵਨੀਆਂ ਐਡਾ ਨਹੀਂ ਦਿੱਤੀਆਂ ਜਾਂਦੀਆਂ, ਜੈਨੂਇਨ ਗੱਲ ਕੀਤੀ ਜਾਂਦੀ ਹੈ। 5 ਅਗਸਤ ਨੂੰ ਮਲਟੀ ਕੰਟਰੀਜ਼ ਦਾ ਸੈਮੀਨਾਰ ਕਰਵਾਇਆ ਜਾ ਰਿਹਾ ਹੈਗਾ ਨੈਵੀਗੇਟਰ ਦੇ ਵੱਲੋਂ, ਸੋ ਤੁਸੀਂ ਉੱਥੇ ਮੌਜੂਦ ਹੋ ਸਕਦੇ ਹੋ। ਨੈਕਸਟ ਦਰਸ਼ਕ ਵੀ ਕਤਾਰ ਚ ਨੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ ਨਾਲ ਜੁੜਨ ਦੇ ਲਈ। ਮੈਡਮ ਥੋੜਾ ਜਿਹਾ ਸਾਨੂੰ ਨਾ ਸੈਮੀਨਾਰ ਬਾਰੇ ਜਾਣਕਾਰੀ ਦਿਓ ਵੀ। 5 ਅਗਸਤ ਨੂੰ ਕਾਫੀ ਸਾਰੀ ਯੂਨੀਵਰਸਿਟੀਆਂ ਆ ਰਹੀਆਂ, ਠੀਕ ਹੈ, ਬਾਕੀ ਕੰਟਰੀਜ਼ ਦੇ ਤੇ ਆ ਰਹੀ, ਆਸਟ੍ਰੇਲੀਆ ਦੀ ਬਹੁਤ ਅੱਛੀ ਯੂਨੀਵਰਸਿਟੀਜ਼ ਆ ਰਹੀਆਂ। ਓਕੇ, ਔਰ ਉਹਦੇ ਵਿੱਚ ਕੀ ਹੈ ਕਿ ਆਸਟ੍ਰੇਲੀਆ ਹੁਣ 2 ਸਾਲ ਇੰਨਾ ਹੈ ਅੰਦਰ ਦੇ ਨਿਊਜ਼ ਕਿ ਵੀਜ਼ਾ ਅੱਛਾ ਆਉਣਾ ਹੈ। ਰੀਜ਼ਨ ਬੀਇੰਗ ਕਿ ਸ਼ੋਰਟੇਜ ਹੈ ਉੱਥੇ ਬਹੁਤ ਜ਼ਿਆਦਾ, ਔਰ ਮੇਰੇ ਜਿਹੜੇ ਸਟੂਡੈਂਟਸ ਪਹੁੰਚੇ ਆ 20 hours ਵਰਕ ਪਰਮਿਟ ਜਿਹੜਾ ਅਲਾਊਡ ਹੈ ਉਹਦੇ ਵਿੱਚ $25-26 ਹਰ ਬੱਚੇ ਨੂੰ ਮਿਲ ਰਹੇ ਆ। ਤੁਸੀਂ ਹੈਰਾਨ ਹੋ ਗਏ ਸੁਣ ਕੇ, ਪਰਸੋਂ ਸਾਡੇ ਕੋਲ ਉਹਨਾਂ ਦੀ ਕਾਲਸ ਆਈਆਂ, ਉਹਨਾਂ ਦੀ ਅਸੀਂ ਉਧਰੋਂ ਵੀਡੀਓਜ਼ ਮੰਗਵਾ ਰਹੇ ਹਾਂ ਜਿਹੜੀ ਅਸੀਂ ਫੇਸਬੁੱਕ ਤੇ ਅਪਲੋਡ ਕਰਾਂਗੇ 1-2 ਦਿਨ ਚ, ਤੇ ਮਤਲਬ ਇਸ ਟਾਈਮ ਅੱਛੀ ਅਪਰਚੁਨਿਟੀਜ਼ ਹੈ, ਉਹ ਬੱਚਿਆਂ ਨੂੰ ਚਾਂਸ ਨਹੀਂ ਖੋਣਾ ਚਾਹੀਦਾ। ਨੋ ਡਾਊਟ ਆਸਟ੍ਰੇਲੀਆ ਥੋੜਾ ਸਟ੍ਰਿਕਟ ਹੈ ਅੱਛੇ ਬੱਚਿਆਂ ਨੂੰ ਲੈਂਦਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਕਿ 10 ਸਾਲ ਦੇ ਗੈਪ ਨੂੰ ਜਾਂ 5 ਸਾਲ ਦੇ ਗੈਪ ਨੂੰ, ਹਾਂ ਗ੍ਰੈਜੂਏਸ਼ਨ ਦੇ ਬਾਅਦ ਜਦ ਤੁਸੀਂ ਕੰਮ ਕਰ ਰਹੇ ਹੋ ਉਹ ਗੈਪ ਐਕਸੈਪਟੇਬਲ ਹੈ, ਬਟ ਤੁਹਾਡਾ ਰਿਕਾਰਡ ਅੱਛਾ ਹੈ, ਅੱਛੀ ਕੰਪਨੀ ਚ ਕੰਮ ਕਰ ਰਹੇ ਹੋ ਔਰ ਸਾਰਾ ਅਥੈਂਟੀਕੇਟ ਹੈ, ਤੇ ਤੁਹਾਡਾ 5 ਦਿਨ ਚ ਵੀਜ਼ਾ ਦਾ ਪ੍ਰੋਸੈਸ ਸ਼ੁਰੂ ਕਰ ਰਹੇ ਹੈ। 5 ਦਿਨਾਂ ਚ ਪ੍ਰੋਸੈਸ ਸ਼ੁਰੂ ਹੋ ਜਾਏਗਾ, ਆਸਟ੍ਰੇਲੀਆ ਦਾ ਜ਼ਿਕਰ ਹੋਵੇ ਤੇ ਸਪਾਊਸਲ ਕੇਸ ਦੀ ਅਸੀਂ ਗੱਲ ਕਰੀਏ। ਮੈਂ ਤੁਹਾਨੂੰ ਦੱਸਾਂ 5 ਦਿਨ ਵਾਲਾ ਹੈ ਕੀ ਹੈ ਉਹਦੇ ਵਿੱਚ ਕਰਦੇ ਪਹਿਲਾਂ ਦਰਸ਼ਕ ਜੀ। ਸਤਿ ਸ਼੍ਰੀ ਅਕਾਲ ਜੀ, ਨਾਮ ਕੀ ਹੈ, ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ? ਠੀਕ ਹੈ, ਸਵਾਲ ਛੇਤੀ ਦੱਸੋ, ਸਾਡੇ ਕੋਲ ਬਹੁਤ ਘੱਟ ਸਮਾਂ ਹੈ। ਹਾਂਜੀ ਹਾਂਜੀ ਬੋਲੋ ਮਨੀਸ਼ਾ ਜੀ, ਕੀ ਸਵਾਲ ਹੈ? ਮੈਂ ਮੇਰੇ ਨਾ ਹੁਣ ਮੈਡੀਕਲ ਹੈਲਥ
ठीक है, उसके बाद क्या कर रहे हो? 17 के बाद ठीक है, गैप है की सवाल है केड़ी कंट्री जाना है, की जानकारी चाहते हो? स्पाउस के सिंगल, स्पाउस केस के सिंगल केस मैडम। हेलो जी, मैडम ब्याह करा के जाना है कि कल्ले ने जाना है? हां जी, मुद्दे की गल ते आओ, ब्याह करा के जाना, स्पाउस केस है। तुसी टीवी स्क्रीन ते सुनो जी अपना आंसर, थैंक यू नाल जुड़न दे लई। हां जी मैडम, की एक चा 5.5 है कि यूके वास्ते, यूके वास्ते एलिजिबल है क्योंकि नॉट लेस देन 5.5 नहीं होना चाहिए। दैट मीन्स कि इन्हां दी आइल्स जड़ी है एलिजिबल है, गैप जस्टिफाई इन्हां नूं करना पेगा, वो जरूरी है, बाकी है एलिजिबल है। बिल्कुल, सो एलिजिबल है जी। बाकी बहुत सारे सवाल मेरे कोल ही रह चले ने, मैं मैडम तो साडे शो तो बाद पुछने ने। तुसी कोई भी अपडेट चाहुंदे हो, साडे नंबर थोड़े नाल असीं सांझे कर रहे हां, फोटो खिंच के अपने फोन दे विच रखो। और मैडम जांदे जांदे दर्शकों के नाल 5 दिन वाले प्रोसेसिंग की जरूर थोड़ी जी जानकारी। 5 डेज का यह होगा, डॉक्यूमेंट ऑथेंटिकेशन होगी, कुछ एजेंसियां उन्होंने ऑथेंटिकेट करेंगे कि जेडी क्वालिफिकेशन है ऑथेंटिकेटेड है, ठीक है, जेडी फाइनेंशियल है ऑथेंटिकेटेड है। जदों एजेंसी दी स्टैंप लग जाएगी तो वीजा विद इन 5 डेज, क्योंकि एम्बेसी का सारा काम खत्म। ठीक है, थैंक यू मैम, इनफॉरमेशन सांझी कर ली। हर बार सत्कार सदा दिने आ वी तुसी खास जेडियां चीजां ने सारे दर्शकों के रूबरू करो। सो हर वारी तुसी नवीआं ते बहुत पॉजिटिव गल्लां साडे दर्शकों नाल सांझे करदे हो, तुहाडा थोड़ा बहुत धन्यवाद। सो 5 अगस्त नूं सारे मुल्कां दा जेहड़ा सैमीनार है नैविगेटर लैके आ रहा है, तुसी पहुंच सकदे हो अपनी सीटां बुक करवाउण लई। फोटो खिंचो इन्हां नंबर दी, इन्हां नंबर दे उपर तुसी कॉल करनी है साडे शो तो बाद, अपनी सीट रिजर्व करानी है, जरूर पहुंचना है, अपने स्पाउस दे नाल जाना है, कल्यां जाना है, अपने बच्चे दे नाल जाना है, टूरिस्ट वीजा अपलाई करना है, विजिटर वीजा अपलाई करना है, स्टडी करनी है, या फिर पीआर नूं लेके कोई सवाल हैगे ने, जरूर एक बार पहुंचो। सो असीं फिर तो हाजिर होवांगे तुहाडे सवालां दे, तुहानूं इसे तरीके नाल फिर तो जवाब दिंदे रहांगे। फिलहाल दिओ इजाजत, रखो ध्यान जी, धन्यवाद, सत श्री अकाल।